ਦੋਸਤੋ ਜੇ ਤੁਸੀਂ ਕਿਸੇ ਵੀ ਪੰਜਾਬ ਦੇ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਪੋਲਿਟੀ ਦੇ ਟਾਪ ਇੰਪੋਰਟੈਂਟ ਤੇ ਐਕਸਪੈਕਟਿਡ 200 ਕੁਐਸਚਨ ਨੇ ਇਹ ਕੁਐਸਚਨ ਨੂੰ ਧਿਆਨ ਨਾਲ ਦੇਖ ਲੋ ਤੇ ਰਾਈਟ ਡਾਊਨ ਕਰ ਕਿਉਂਕਿ ਐਗਜ਼ਾਮ ਵਿੱਚ ਡਾਇਰੈਕਟਲੀ ਤੁਹਾਡੇ ਤੋਂ ਇਸ ਟਾਈਪ ਦੇ ਕੁਐਸਚਨ ਹੀ ਪੁੱਛੇ ਜਾਂਦੇ ਨੇ ਦੋਸਤੋ ਇਸ ਵੀਡੀਓ ਵਿੱਚ 200 ਪਲੱਸ ਪੋਲਿਟੀ ਦੇ ਇੰਪੋਰਟੈਂਟ ਕੁਐਸਚਨਸ ਇਨਕਲੂਡ ਕੀਤੇ ਗਏ ਨੇ ਜਿਹੜੇ ਵੀ 2018 ਤੋਂ ਬਾਅਦ ਪੰਜਾਬ ਵਿੱਚ ਗਵਰਨਮੈਂਟ ਐਗਜ਼ਾਮ ਹੋਏ ਨੇ ਉਨ੍ਹਾਂ ਵਿੱਚ ਜਿਹੜੇ ਵੀ ਪੋਰਟਰੀ ਦੇ ਕੁਐਸਚਨ ਆਏ ਨੇ ਉਹਨਾਂ ਨਾਲ ਰਿਲੇਟ ਕਰਕੇ ਜਿਹੜੇ ਕੁਐਸਚਨ ਨੇ ਇਸ ਵੀਡੀਓ ਵਿੱਚ ਇਨਕਲੂਡ ਕੀਤੇ ਹੋਏ ਨੇ ਤਾਂ ਓਵਰঅল ਆਪਾਂ ਕਹਿ ਸਕਦੇ ਹਾਂ ਕਿ ਜਿਸ ਟਾਈਪ ਦੇ ਕੁਐਸਚਨਸ ਐਗਜ਼ਾਮੀਨਰ ਐਗਜ਼ਾਮ ਵਿੱਚ ਪੁੱਟ ਕਰਦਾ ਹੈ ਉਸ ਟਾਈਪ ਦੇ ਕੁਐਸਚਨ ਹੀ ਮੈਂ ਇਸ ਵੀਡੀਓ ਵਿੱਚ ਇਨਕਲੂਡ ਕੀਤੇ ਹੋਏ ਨੇ ਪੰਜਾਬ ਦਾ ਕੋਈ ਵੀ ਗਵਰਨਮੈਂਟ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਸਾਰੇ ਹੀ ਐਗਜ਼ਾਮ ਲਈ ਇਹ ਬੈਨੀਫੀਸ਼ੀਅਲ ਹੈ ਤਾਂ ਵਰਗੇ ਸਿਰਫ ਵੀਡੀਓ ਨੂੰ ਦੇਖਿਓ ਨਾ ਨਾਲ ਦੀ ਨਾਲ ਰਾਈਟ ਡਾਊਨ ਕਰ ਲਿਓ ਐਂਡ ਜੇ ਵੀਡੀਓ ਬੈਨੀਫੀਸ਼ੀਅਲ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਸਭ ਤੋਂ ਪਹਿਲੇ ਕੁਐਸਚਨ ਨੰਬਰ 1 ਦੀ ਗੱਲ ਕਰੀਏ ਭਾਰਤੀ ਸਸਦਨ ਦੇ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਸੰਯੁਕਤ ਬੈਠਕ ਦੀ ਗੱਲ ਹੋ ਰਹੀ ਹੈ ਇੱਥੇ ਦੋਹਾਂ ਸਦਨਾਂ ਦੀ ਠੀਕ ਹੈ ਕਿਸ ਦੇ ਸਬੰਧ ਵਿੱਚ ਕੀਤੀ ਜਾਂਦੀ ਹੈ ਇਹ ਸਧਾਰਨ ਬਿੱਲ ਦੇ ਸਬੰਧ ਵਿੱਚ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਆਰਟੀਕਲ 108 ਦੇ ਅਨੁਸਾਰ ਦੋਵੇਂ ਸਦਨਾਂ ਦੀ ਸੰਯੁਕਤ ਬੈਠਕ ਕੌਣ ਬੁਲਾ ਸਕਦਾ ਹੈ ਹੁਣ ਐਗਜ਼ਾਮ ਵਿੱਚ ਕੋਈਆਂ ਫਿਰ ਆ ਕੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਕੀ ਭਾਰਤੀ ਸਸਦ ਦੀ ਦੋਹਾਂ ਸਦਨਾਂ ਦੀs ਸੰਯੁਕਤ ਬੈਠਕ ਹੁੰਦੀ ਹੈ ਜਿਹੜੀ ਉਹ ਸੰਵਿਧਾਨ ਦੇ ਕਿਹੜੇ ਆਰਟੀਕਲ ਵਿੱਚ ਉਸ ਬਾਰੇ ਲਿਖਿਆ ਹੋਇਆ ਤਾਂ ਆਰਟੀਕਲ 108 ਤੁਸੀਂ ਯਾਦ ਰੱਖਿਓ ਤੇ ਇਸ ਮੀਟਿੰਗ ਨੂੰ ਕੌਣ ਬੁਲਾ ਸਕਦਾ ਹੈ ਭਾਰਤ ਦਾ ਰਾਸ਼ਟਰਪਤੀ ਬੁਲਾ ਸਕਦਾ ਠੀਕ ਹੈ ਕੁਐਸਚਨ ਨੰਬਰ 3 ਦੀ ਗੱਲ ਕਰੀਏ ਰਾਜ ਸਭਾ ਦੇ ਹੋਰ ਨਾਮ ਕਿਹੜੇ-ਕਿਹੜੇ ਨੇ ਤਾਂ ਉਪਰੀ ਸਦਨ ਵੀ ਕਹਿ ਦਿੰਦੇ ਨੇ ਇਸ ਨੂੰ ਹਾਊਸ ਆਫ ਲਾਰਡਸ ਵੀ ਕਹਿ ਦਿੰਦੇ ਨੇ ਪਰਮਾਨੈਂਟ ਹਾਊਸ ਵੀ ਕਹਿ ਦਿੰਦੇ ਨੇ ਤੇ ਸੀਨੀਅਰ ਹਾਊਸ ਵੀ ਕਹਿ ਦਿੰਦੇ ਨੇ ਰਾਜ ਸਭਾ ਦੇ ਇਹਨਾਂ ਚਾਰ ਨਾਮਾ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਤੇ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਰਾਜ ਸਭਾ ਦੀ ਪਹਿਲੀ ਮਹਿਲਾ ਸਕੱਤਰ ਕੌਣ ਸੀ ਮਹਿਲਾ ਦੀ ਗੱਲ ਹੋ ਰਹੀ ਹੈ ਤੇ ਫੀਮੇਲ ਸਕੱਤਰ ਕੌਣ ਸੀ ਤਾਂ ਬੀ ਐਸ ਰਾਮਾਦੇਵੀ ਇਹ ਨਾਮ ਤੁਸੀਂ ਯਾਦ ਰੱਖਿਓ ਕਾਫੀ ਵਾਰ ਐਗਜ਼ਾਮ ਵਿੱਚ ਇਹ ਰਿਪੀਟ ਹੋ ਚੁੱਕਿਆ ਹੈ ਕੁਐਸਚਨ ਕੁਐਸਚਨ ਨੰਬਰ 5 ਦੀ ਗੱਲ ਕਰੀਏ ਰਾਜ ਸਭਾ ਲਈ ਨਾਮਜਾਦ ਪਹਿਲੀ ਮਹਿਲਾ ਫਿਲਮ ਸਟਾਰ ਕੌਣ ਸੀ ਰਾਜ ਸਭਾ ਲਈ ਨੋਮੀਨੇਟ ਹੋਣ ਵਾਲੀ ਪਹਿਲੀ ਮਹਿਲਾ ਫਿਲਮ ਸਾਰ ਕੋਣ ਸੀ ਤਾਂ ਨਰਗੀਜ਼ दत्त ਸੀ ਇਹ ਵੀ ਕਾਫੀ ਵਾਰ ਰਿਪੀਟ ਹੋ ਗਿਆ ਕੁਐਸਚਨ ਕੁਐਸਚਨ ਨੰਬਰ 6 ਦੀ ਗੱਲ ਕਰੀਏ ਰਾਜ ਸਭਾ ਦਾ ਗਠਨ ਕਦੋਂ ਹੋਇਆ ਸੀ ਤਾਂ 3 April 1952 ਇਹ ਹੀ ਡੇਟ ਤੁਸੀਂ ਯਾਦ ਰੱਖਿਓ 3 April 1952 ਇਸ ਵੀ ਨੂੰ ਜਿਹੜਾ ਕਿ ਰਾਜ ਸਭਾ ਦਾ ਗਠਨ ਹੋਇਆ ਸੀ ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀਏ ਰਾਜ ਸਭਾ ਦੀ ਪਹਿਲੀ ਬੈਠਕ ਕਦੋਂ ਬੁਲਾਈ ਗਈ ਸੀ ਤਾਂ 13 May 1952 ਇਸ ਵੀ ਵਿੱਚ ਬੁਲਾਈ ਗਈ ਸੀ ਇਸ ਨੂੰ ਕਿਵੇਂ ਯਾਦ ਰੱਖਣਾ ਤੁਸੀਂ 3 ਅਪ੍ਰੈਲ 1952 ਨੂੰ ਗਠਨ ਹੋਈ ਹੈ ਉਸ ਤੋਂ ਲਗਭਗ ਮਹੀਨੇ ਬਾਅਦ ਹੀ ਲਾਲੋ ਹਨ ਮਹੀਨੇ ਬਾਅਦ 13 ਮਈ 1952 ਵਿੱਚ ਰਾਜ ਸਭਾ ਦੀ ਪਹਿਲੀ ਬੈਠਕ ਬੁਲਾਈ ਗਈ ਉਸ ਤੋਂ ਬਾਅਦ ਕੁਐਸਚਨ ਨੰਬਰ 8 ਦੀ ਗੱਲ ਕਰੀਏ ਰਾਜ ਸਭਾ ਨੂੰ 2 ਸਾਲ ਦੋ ਸਾਲਾਂ ਚੋਣਾਂ ਲਈ ਨੋਟੀਫਿਕੇਸ਼ਨ ਕੌਣ ਜਾਰੀ ਕਰਦਾ ਹੈ ਮਤਲਬ ਕਿ ਦੋ ਸਾਲਾਂ ਚੋਣਾਂ ਲਈ ਨੋਟੀਫਿਕੇਸ਼ਨ ਕੌਣ ਜਾਰੀ ਕਰਦਾ ਓਬਵੀਅਸ ਕਮਿਸ਼ਨ ਹੀ ਜਾਰੀ ਕਰਦੇ ਨੇ ਚੋਣਾਂ ਲਈ ਕੋਈ ਵੀ ਐਡਵਰਟਾਈਜ਼ਮੈਂਟ ਜਾਰੀ ਕਰਨੀ ਹੋਵੇ ਤਾਂ ਚੋਣ ਕਮਿਸ਼ਨ ਦਾ ਕੰਮ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 9 ਦੀ ਗੱਲ ਕਰੀਏ ਰਾਜ ਸਭਾ ਦੇ ਸਭਾਪਤੀ ਦੀ ਗੈਰ ਹਾਜ਼ਰੀ ਵਿੱਚ ਰਾਜ ਸਭਾ ਕੌਣ ਚਲਾਉਂਦਾ ਹੈ ਜਦੋਂ ਸਭਾਪਤੀ ਨਹੀਂ ਹੁੰਦਾ ਰਾਜ ਸਭਾ ਵਿੱਚ ਤਾਂ ਉਸ ਦੀ ਜਗ੍ਹਾ ਤੇ ਰਾਜ ਸਭਾ ਦਾ ਉਪ ਸਭਾਪਤੀ ਹੈ ਜਿਹੜਾ ਰਾਜ ਸਭਾ ਦੀ ਮੀਟਿੰਗ ਨੂੰ ਉਹ ਅੱਗੇ ਚਲਾਉਂਦਾ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 10 ਦੀ ਗੱਲ ਕਰੀਏ ਭਾਰਤ ਦਾ ਕਿਹੜਾ ਪ੍ਰਧਾਨ ਮੰਤਰੀ ਰਾਜ ਸਭਾ ਦੇ ਮੈਂਬਰ ਅੱਜ ਸਵਦਾ ਦਾ ਮੈਂਬਰ ਰਿਹਾ ਹੈ ਪ੍ਰਧਾਤ ਮਤਲਬ ਕਿ ਹਾਲੇ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਬਣੇ ਨੇ ਭਾਰਤ ਵਿੱਚ ਉਹਨਾਂ ਵਿੱਚੋਂ ਕੌਣ ਹੈ ਜੋ ਕਿ ਰਾਜ ਸਭਾ ਦਾ ਮੈਂਬਰ ਵੀ ਰਿਹਾ ਹੈ ਤਾਂ ਇਹ ਚਾਰ ਨੇ ਇਹ ਚਾਰੇ ਹੀ ਜਿਹੜੇ ਰਾਜ ਸਭਾ ਦੇ ਮੈਂਬਰ ਵੀ ਰਹੇ ਨੇ ਇੰਦਰਾ ਗਾਂਧੀ ਵੀ ਰਹੀ ਹੈ ਮਨਮੋਹਨ ਸਿੰਘ ਵੀ ਰਿਹਾ ਤੇ ਦੇਵ ਗੋਂਡਾ ਵੀ ਰਿਹਾ ਤੇ ਇਸ ਤੋਂ ਇਲਾਵਾ ਇੰਦਰ ਕੁਮਾਰ ਗੁਜਰਾਲ ਵੀ ਜਿਹੜਾ ਰਿਹਾ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 11 ਦੀ ਗੱਲ ਕਰੀਏ ਰਾਜ ਸਭਾ ਵਿੱਚ ਸਾਰੇ ਰਾਜਾਂ ਦੀ ਨੁਮਾਇੰਦਗੀ ਕਿਵੇਂ ਹੁੰਦੀ ਹੈ ਅਵਧੀ ਦੇ ਆਰਥਿਕ ਹੁੰਦੀ ਹੈ ਦੋਸਤੋ ਚੰਗਾ ਯਾਦ ਰੱਖਿਓ ਇਹ ਗੱਲ ਵੀ ਕੁਐਸਚਨ ਨੰਬਰ 12 ਦੀ ਗੱਲ ਕਰੀਏ ਰਾਜ ਸਭਾ ਵਿੱਚ ਕਿਸ ਰਾਜ ਵਿੱਚ ਸਭ ਤੋਂ ਵੱਧ ਸੰਸਦ ਹਨ ਕਿਸ ਸਟੇਟ ਵਿੱਚ ਹੈ ਪੰਜਾਬ ਸੋਰੀ ਭਾਰਤ ਦੀ ਰਾਜ ਸਭਾ ਵਿੱਚ ਕਿਹੜੇ ਰਾਜ ਵਿੱਚ ਸਭ ਤੋਂ ਵੱਧ ਸੰਸਦ ਨੇ ਤਾਂ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਰਾਜ ਸਭਾ ਸੀਟਾਂ ਨੇ ਤੇ ਸੰਸਦ ਨੇ ਓਕੇ ਕੁਐਸਚਨ ਨੰਬਰ 13 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਮੈਂਬਰ ਦੇ ਨਾਮਕਰਨ ਦਾ ਨਿਯਮ ਕਿਸ ਦੇਸ਼ ਤੋਂ ਲਿਆ ਗਿਆ ਹੈ ਮਤਲਬ ਕਿ ਜਿਹੜਾ ਕਿ ਰਾਜ ਸਭਾ ਵਿੱਚ ਮੈਂਬਰ ਇਨਕਲੂਡ ਕਰਨੇ ਨੇ ਇਹ ਗੱਲ ਹੈ ਜਿਹੜੀ ਇਹ ਇਹ ਆਰਟੀਕਲ ਹੈ ਇਹ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਇਨਕਲੂਡ ਕੀਤਾ ਗਿਆ ਭਾਰਤ ਦੇ ਸੰਵਿਧਾਨ ਵਿੱਚ ਤਾਂ ਯਾਦ ਰੱਖਿਓ ਆਇਰਲੈਂਡ ਦੇ ਸੰਵਿਧਾਨ ਤੋਂ ਇਹ ਅਡਾਪਟ ਕੀਤਾ ਗਿਆ ਹੈ ਕੁਐਸਚਨ ਨੰਬਰ 14 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਨੇ ਕਿਹੜੇ ਲੇਖ ਦੀ ਵਰਤੋਂ ਕਰਕੇ ਕਿਹੜੀ ਲੇਖ ਦੀ ਵਰਤੋਂ ਅਜੇ ਤੱਕ ਕਿੱਤੀ ਨਹੀਂ ਗਈ ਮਤਲਬ ਕਿ ਕਿਹੜਾ ਆਰਟੀਕਲ ਯੂਜ਼ ਨਹੀਂ ਕੀਤਾ ਗਿਆ ਹਾਲੇ ਤੱਕ ਇਹ ਕੁਐਸਚਨ ਵਿੱਚ ਲਿਖਿਆ ਹੋਇਆ ਤਾਂ ਆਰਟੀਕਲ 360 ਹੈ ਜਿਹੜਾ ਇਹ ਹਜੇ ਤੱਕ ਭਾਰਤ ਵਿੱਚ ਯੂਜ਼ ਨਹੀਂ ਕੀਤਾ ਗਿਆ ਠੀਕ ਹੈ ਪੈਸੇ ਸਵਿਧਾਨ ਵਿੱਚ ਇਨਕਲੂਡ ਹੈ ਬਟ ਫਿਜ਼ੀਕਲ ਲੈਵਲ ਤੇ ਹੀ ਯੂਜ਼ ਨਹੀਂ ਹੋਇਆ ਠੀਕ ਹੈ ਕੁਐਸਚਨ ਨੰਬਰ 15 ਦੀ ਗੱਲ ਕਰੀਏ ਲੋਕ ਸਭਾ ਦਾ ਗਠਨ ਕਦੋਂ ਹੋਇਆ ਸੀ ਯਾਦ ਰੱਖੋ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੋ ਚੁੱਕਾ ਹੈ ਲੋਕ ਸਭਾ ਦਾ ਗਠਨ 17 17 April 1952 ਇਸ ਵੀ ਵਿੱਚ ਹੋਇਆ ਸੀ ਓਕੇ ਕਵੈਸਚਨ ਨੰਬਰ 16 ਦੀ ਗੱਲ ਕਰੀਏ ਸੰਵਿਧਾਨ ਦੇ ਕਿਸ ਅਨੁਸ਼ੇਦ ਵਿੱਚ ਐਂਗਲੋ ਇੰਡੀਅਨ ਦੀਆਂ ਦੋ ਸੀਟਾਂ ਦਾ ਜ਼ਿਕਰ ਹੈ ਆਰਟੀਕਲ 331 ਵਿੱਚ ਦੋ ਰਾਖਵੀਂ ਸੀਟਾਂ ਹੋਣਗੀਆਂ ਐਂਗਲੋ ਇੰਡੀਅਨਸ ਦੀ ਇਹ ਲਿਖਿਆ ਗਿਆ ਠੀਕ ਹੈ ਕਵੈਸਚਨ ਨੰਬਰ 17 ਦੀ ਗੱਲ ਕਰੀਏ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਐਂਗਲੋ ਇੰਡੀਅਨ ਦੀ ਪਰਿਭਾਸ਼ਾ ਦਾ ਵਰਣਨ ਕਰਦਾ ਹੈ ਮਤਲਬ ਕਿ ਪ੍ਰੋਪਰਲੀ ਤਰ੍ਹਾਂ ਦੇ ਪ੍ਰੋਪਰਲੀ ਪ੍ਰੋਪਰ ਤਰ੍ਹਾਂ ਨਾਲ ਜਿਹੜਾ ਵਰਣਨ ਕੀਤਾ ਹੋਇਆ ਕਿਹੜੇ ਆਰਟੀਕਲ ਵਿੱਚ ਕੀਤਾ ਹੋਇਆ ਆਰਟੀਕਲ 368 ਵਿੱਚ ਓਕੇ ਕਵੈਸਚਨ ਨੰਬਰ 18 ਦੀ ਗੱਲ ਕਰੀਏ ਪਹਿਲੀ ਲੋਕ ਸਭਾ ਚੋਣ ਵਿੱਚ ਵਿੱਚ ਕਿੰਨੀਆਂ ਸੀਟਾਂ ਲੱਗੀਆਂ ਸਨ ਜਦੋਂ ਪਹਿਲੀ ਲੋਕ ਸਭਾ ਦੀ ਚੋਣ ਹੋਈ ਸੀ ਤਾਂ ਉਸ ਵਿੱਚ ਕਿੰਨੀਆਂ ਸੀਟਾਂ ਇਨਕਲੂਡ ਕੀਤੀ ਗਈ ਸੀ ਤਾਂ 489 ਸੀਟਾਂ ਟੋਟਲ ਲੱਗੀਆਂ ਸੀ ਠੀਕ ਹੈ ਕਵੈਸਚਨ ਨੰਬਰ 19 ਦੀ ਗੱਲ ਕਰੀਏ ਸਭ ਤੋਂ ਪਹਿਲਾਂ ਲੋਕ ਸਭਾ ਵਿੱਚ ਨਾਮਜ਼ਦ ਕੌਣ ਹੋਇਆ ਸੀ ਲੋਕ ਸਭਾ ਵਿੱਚ ਨਾਮਜ਼ਦ ਹੋਣ ਵਾਲਾ ਵਿਅਕਤੀ ਦਾ ਨਾਮ ਕੀ ਸੀ ਫਰੈਂਕ ਜੇ ਐਂਥਨੀ ਠੀਕ ਹੈ ਇਹ ਸੀ ਕਿਉਂਕਿ ਲੋਕ ਸਭਾ ਵਿੱਚ ਸਭ ਤੋਂ ਪਹਿਲੀ ਵਾਰ ਨਾਮਜ਼ਦ ਹੋਇਆ ਸੀ ਕਵੈਸਚਨ ਨੰਬਰ B ਦੀ ਗੱਲ ਕਰੀਏ ਕਾਫੀ ਇੰਪੋਰਟੈਂਟ ਆ ਦੋਸਤੋ ਇਹ ਐਗਜ਼ਾਮ ਵਿੱਚ ਬਹੁਤ ਵਾਰ ਇਹ ਕੁਐਸਚਨ ਰਿਪੀਟ ਹੋ ਚੁੱਕਾ ਹੈ ਸਸੰਦ ਦਾ ਜ਼ੀਰੋ ਕਾਲ ਕਦੋਂ ਸ਼ੁਰੂ ਅਤੇ ਕਦੋਂ ਅੰਤ ਹੁੰਦਾ ਹੈ ਮਤਲਬ ਇਹ ਜ਼ੀਰੋ ਕਾਲ ਹੁੰਦਾ ਹੈ ਸਸੰਦ ਦੀ ਜਦੋਂ ਮੀਟਿੰਗ ਹੁੰਦੀ ਹੈ ਠੀਕ ਆ ਉਸ ਵਿੱਚ ਇੱਕ ਜ਼ੀਰੋ ਕਾਲ ਹੁੰਦਾ ਹੈ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦਾ ਤੱਕ ਰਹਿੰਦਾ ਠੀਕ ਆ ਇਹ ਸ਼ੁਰੂ ਕਦੋਂ ਹੁੰਦਾ 12 ਵਜੇ ਸ਼ੁਰੂ ਹੁੰਦਾ ਜਿਹੜਾ ਜ਼ੀਰੋ ਕਾਲ ਹੁੰਦਾ ਤੇ 1 ਵਜੇ ਇਹ ਖਤਮ ਹੋ ਜਾਂਦਾ ਠੀਕ ਆ ਕਵੈਸਚਨ ਨੰਬਰ 21 ਦੀ ਗੱਲ ਕਰੀਏ ਸਸਦਨ ਦੇ ਵਿੱਚ ਪ੍ਰਸ਼ਨ ਕਾਲ ਕਦੋਂ ਸ਼ੁਰੂ ਹੁੰਦਾ ਹੈ ਤਾਂ ਸਸਦਨ ਦੇ ਵਿੱਚ ਜਦ ਮੀਟਿੰਗ ਹੁੰਦੀ ਹੈ ਤਾਂ ਪ੍ਰਸ਼ਨ ਕਾਲ ਵੀ ਹੁੰਦਾ ਇੱਕ ਤਾਂ ਇਹ ਕਦੋਂ ਸ਼ੁਰੂ ਅਤੇ ਕਦੋਂ ਖਤਮ ਹੁੰਦਾ ਹੈ ਤਾਂ 11 ਤੋਂ ਲੈ ਕੇ 12 ਵਜੇ ਦਾ ਟਾਈਮ ਹੈ ਜਿਹੜਾ ਇਹ ਵਿਚਾਰ ਰਲਾ ਟਾਈਮ ਹੈ ਇਹ ਕਿਹੜਾ ਟਾਈਮ ਹੁੰਦਾ ਇਹ ਪ੍ਰਸ਼ਨ ਕਾਲ ਹੁੰਦਾ ਠੀਕ ਹੈ ਕਵੈਸਚਨ ਨੰਬਰ 22 ਦੀ ਗੱਲ ਕਰੀਏ ਸਸਦਨ ਦਾ ਜ਼ੀਰੋ ਕਾਲ ਕਿਹੜੇ ਦੇਸ਼ ਦੀ ਪ੍ਰਣਾਲੀ ਹੈ ਇਹ ਭਾਰਤ ਨੇ ਆਪਣੇ ਆਪ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤਾ ਹੈ ਜ਼ੀਰੋ ਕਾਲ ਜਿਹੜਾ ਕਵੈਸਚਨ ਨੰਬਰ 23 ਦੀ ਗੱਲ ਕਰੀਏ ਕੌਣ ਫੈਸਲਾ ਕਰਦਾ ਹੈ ਕਿ ਬਿੱਲ ਇੱਕ ਪੈਸੇ ਦਾ ਬਿੱਲ ਹੈ ਜਾਂ ਨਹੀਂ ਤਾਂ ਲੋਕ ਸਭਾ ਦਾ ਸਪੀਕਰ ਹੁੰਦਾ ਹੈ ਤਾਂ ਇਹ ਡਿਸਾਈਡ ਕਰਦਾ ਹੈ ਕਿ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਇਹ ਲੋਕ ਸਭਾ ਮਤਲਬ ਇਹ ਬਿੱਲ ਮਨੀ ਬਿੱਲ ਹੈ ਜਾਂ ਅਨਦਰ ਕੋਈ ਬਿੱਲ ਹੈ ਠੀਕ ਹੈ ਕਵੈਸਚਨ ਨੰਬਰ 24 ਦੀ ਗੱਲ ਕਰੀਏ ਯੂਨੀਅਨ ਆਫ ਇੰਡੀਆ ਦੀ ਵਿਧਾਨਕ ਸ਼ਕਤੀ ਕਿਹਦੇ ਕੋਲ ਹੁੰਦੀ ਹੈ ਤਾਂ ਪਾਰਲੀਮੈਂਟ ਯਾਨੀ ਸੰਸਦ ਕੋਲੀ ਹੁੰਦੀ ਹੈ ਮਤਲਬ ਕਿ ਯੂਨੀਅਨ ਆਫ ਇੰਡੀਆ ਦਾ ਮਤਲਬ ਪੂਰੀ ਆਪਣੇ ਭਾਰਤ ਦੇ ਜਿਹੜੀ ਵਿਧਾਨਕ ਸ਼ਕਤੀ ਹੁੰਦੀ ਹੈ ਉਹ ਕਿਸ ਕੋਲ ਸੰਸਦ ਕੋਲ ਹੁੰਦੀ ਹੈ ਕੁਐਸਚਨ ਨੰਬਰ 25 ਦੀ ਗੱਲ ਕਰੀਏ ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਸਦਸਿਅ ਦੇ ਨਾਮਕਰਨ ਕਿਸ ਦੇ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਮਤਲਬ ਕਿ ਰਾਸ਼ਟਰਪਤੀ ਰਾਜ ਸਭਾ ਦੇ ਸਦਸਿਆ ਦਾ ਨਾਮਕਰਨ ਕਰਦਾ ਹੈ ਤਾਂ ਇਹ ਕਿਹੜੇ ਸੰਵਿਧਾਨ ਤੋਂ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤਾ ਗਿਆ ਹੈ ਦਾ ਆਇਰਲੈਂਡ ਦੇ ਸੰਵਿਧਾਨ ਤੋਂ ਇਹ ਚੀਜ਼ ਹੈ ਜਿਹੜੀ ਕਿ ਭਾਰਤੀ ਸੰਵਿਧਾਨ ਵਿੱਚ ਇਨਕਲੂਡ ਕੀਤੀ ਗਈ ਹੈ ਠੀਕ ਹੈ ਕੁਐਸਚਨ ਨੰਬਰ 26 ਦੀ ਗੱਲ ਕਰੀਏ ਜਨਤਾ ਦੁਆਰਾ ਸਸੰਦ ਦੇ ਕਿਸ ਸਦਨ ਦੀ ਚੋਣ ਕੀਤੀ ਜਾਂਦੀ ਹੈ ਤਾਂ ਸਭ ਨੂੰ ਪਤਾ ਹੈ ਇਹ ਤਾਂ ਈਜ਼ੀ ਕੁਐਸਚਨ ਹੈ ਲੋਕ ਸਭਾ ਦੁਆਰਾ ਜਿਹੜੀ ਕਿ ਸਸੰਦ ਦੀ ਚੋਣ ਕੀਤੀ ਜਾਂਦੀ ਹੈ ਕੁਐਸਚਨ ਨੰਬਰ 27 ਦੀ ਗੱਲ ਕਰੀਏ ਸਸੰਦ ਦਾ ਲੋਕ ਪ੍ਰਸਿੱਧ ਸਦਨ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਲੋਕ ਸਭਾ ਨੂੰ ਹੀ ਲੋਕ ਪ੍ਰਸਿੱਧ ਸਦਨ ਕਿਹਾ ਜਾਂਦਾ ਹੈ ਕਵੈਸਚਨ ਨੰਬਰ 28 ਦੀ ਗੱਲ ਕਰੀਏ ਕਿਹੜਾ ਆਰਟੀਕਲ ਸਸਨ ਮੈਂਬਰਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ ਆਰਟੀਕਲ 105 ਹੈ ਜਿਹੜਾ ਕਿ ਸਸਨ ਦੇ ਮੈਂਬਰਾਂ ਨੂੰ ਵਿਸ਼ੇਸ਼ ਸ਼ਕਤੀ ਪ੍ਰਦਾਨ ਕਰਦਾ ਹੈ ਠੀਕ ਹੈ ਕਵੈਸਚਨ ਨੰਬਰ 29 ਦੀ ਗੱਲ ਕਰੀਏ ਸਸਨਦ ਨੂੰ ਕੌਣ ਪੰਕ ਕਰ ਸਕਦਾ ਹੈ ਤਾਂ ਰਾਸ਼ਟਰਪਤੀ ਹੀ ਪੰਕ ਕਰ ਸਕਦਾ ਸਿਰਫ ਕਵੈਸਚਨ ਨੰਬਰ 29 ਦੀ ਗੱਲ ਕਰੀਏ ਸਸਨਦ ਨੂੰ ਕੌਣ ਪੰਕ ਕਰ ਸਕਦਾ ਹੈ ਅਗੇਨ ਰਾਸ਼ਟਰਪਤੀ ਕਵੈਸਚਨ ਨੰਬਰ 30 ਦੀ ਗੱਲ ਕਰੀਏ ਸਸੰਦ ਵਿੱਚ ਕਿੰਨੇ ਬਜਟ ਛਤਰ ਹੁੰਦੇ ਨੇ ਕਾਫੀ ਇੰਪੋਰਟੈਂਟ ਐਗਜ਼ਾਮ ਵਿੱਚ ਬਹੁਤ ਬਾਰ ਰਿਪੀਟ ਹੋਇਆ ਹੈ ਤੇ ਇਸ ਸਸੰਦ ਵਿੱਚ ਬਜਟ ਛਤਰ ਦੀ ਜਿਹੜੀ ਗਿਣਤੀ ਹੁੰਦੀ ਉਹ ਤਿੰਨ ਹੈ ਠੀਕ ਹੈ ਤਿੰਨ ਬਜਟ ਛਤਰ ਹੁੰਦੇ ਨੇ ਕੁਐਸਚਨ ਨੰਬਰ 31 ਦੀ ਗੱਲ ਕਰੀਏ ਸਸੰਦ ਦੇ ਤਿੰਨ ਬਜਟ ਛਤਰ ਕਿਹੜੇ-ਕਿਹੜੇ ਨੇ ਬਜਟ ਛਤਰوں ਕੋਈ ਇੱਕ ਤਾਂ ਇੱਕ ਮਾਨਸੂਨ ਸਤਰ ਹੋ ਗਿਆ ਇੱਕ ਸ਼ੀਤ ਸਤਰ ਹੋ ਗਿਆ ਠੀਕ ਹੈ ਕੁਐਸਚਨ ਨੰਬਰ 32 ਦੀ ਗੱਲ ਕਰੀਏ ਕਿਸ ਆਰਟੀਕਲ ਵਿੱਚ ਸੰਯੁਕਤ ਬੈਠਕ ਬਾਰੇ ਦੱਸਿਆ ਗਿਆ ਆਰਟੀਕਲ 108 ਵਿੱਚ ਹੀ ਜਿਹੜੀ ਸੰਯੁਕਤ ਬੈਠਕ ਆਪਣੀ ਰਾਜ ਸਭਾ ਦੀ ਸੰਯੁਕਤ ਬੈਠਕ ਮਾਰੇ ਦੱਸਿਆ ਗਿਆ ਓਕੇ ਕੁਐਸਚਨ ਨੰਬਰ 33 ਦੀ ਗੱਲ ਕਰੀਏ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਕਿੰਨੀ ਵਾਰ ਸੰਯੁਕਤ ਬੈਠਕ ਹੋ ਚੁੱਕੀ ਹੈ ਤਾਂ ਟੋਟਲ 30 ਵਾਰ ਹੁਣ ਤੱਕ ਸੰਯੁਕਤ ਬੈਠਕ ਹੋ ਚੁੱਕੀ ਹੈ ਕੁਐਸਚਨ ਨੰਬਰ 34 ਦੀ ਗੱਲ ਕਰੀਏ ਲੋਕ ਸਭਾ ਅਤੇ ਰਾਜ ਸਭਾ ਦੀ ਸੰਯੁਕਤ ਬੈਠਕ ਕਦੋਂ ਹੁੰਦੀ ਹੈ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜੇਕਰ મતભેਦ ਹੋਣ ਤਾਂ ਇੱਕ ਸੰਯੁਕਤ ਬੈਠਕ ਬੁਲਾਈ ਜਾਂਦੀ ਹੈ ਕਿਸ ਦੇ ਦੁਆਰਾ ਪ੍ਰੈਜ਼ੀਡੈਂਟ ਦੁਆਰਾ ਯਾਨੀ ਆਪਣੇ ਰਾਸ਼ਟਰਪਤੀ ਦੁਆਰੇ ਹੀ ਬੁਲਾਈ ਜਾਂਦੀ ਹੈ। ਪ੍ਰਸ਼ਨ ਨੰਬਰ 35 ਦੀ ਗੱਲ ਕਰੀਏ ਸਦਨ ਮੈਂਬਰ ਦੀ ਤਨਖਾਹ ਦਾ ਫੈਸਲਾ ਕੌਣ ਕਰਦਾ ਹੈ ਤਾਂ ਸਦਨ ਦੇ ਖੁਦ ਹੀ ਆਪਣੇ ਆਪ ਇਹ ਤਨਖਾਹ ਇਨਕਲੂਡ ਕਰਦੇ ਨੇ ਜਿਹੜੇ ਵੀ ਮੈਂਬਰ ਹੁੰਦੇ ਨੇ ਤੇ ਕੁਐਸਚਨ ਨੰਬਰ 36 ਦੀ ਗੱਲ ਕਰੀਏ ਸਸੰਦ ਪ੍ਰਣਾਲੀ ਵਾਲੀ ਸਰਕਾਰ ਕਿਸ ਹੋਰ ਨਾਮ ਨਾਲ ਜਾਣੀ ਜਾਂਦੀ ਹੈ ਤਾਂ ਇਸ ਨੂੰ ਸੰਗੀ ਸਰਕਾਰ ਵੀ ਕਿਹਾ ਜਾਂਦਾ ਠੀਕ ਹੈ। ਕੁਐਸਚਨ ਨੰਬਰ 37 ਦੀ ਗੱਲ ਕਰੀਏ ਪਾਰਲੀਮੈਂਟ ਸਸਨ ਦਾ ਉਦਘਾਟਨ ਕਦੋਂ ਹੋਇਆ ਸੀ ਤਾਂ 1927 ਈਸਵੀ ਵਿੱਚ ਜਿਹੜੀ ਬਿਲਡਿੰਗ ਦੀ ਗੱਲ ਹੋ ਰਹੀ ਹੈ ਅਤੇ ਪਾਰਲੀਮੈਂਟ ਸਸਨ ਦਾ ਜਿਹੜੀ ਪਾਰਲੀਮੈਂਟ ਹੈ ਉਸ ਦੀ ਗੱਲ ਹੋ ਜੇ ਤਾਂ 1927 ਈਸਵੀ ਵਿੱਚ ਉਦਘਾਟਨ ਕੀਤਾ ਗਿਆ ਸੀ ਕੁਐਸਚਨ ਨੰਬਰ 38 ਦੀ ਗੱਲ ਕਰੀਏ ਸਸਨ ਮੈਂਬਰ ਦੀ ਯੋਗਤਾ ਦੇ ਆਧਾਰ ਤੇ ਕੌਣ ਫੈਸਲਾ ਕਰਦਾ ਹੈ ਸਸਨ ਮੈਂਬਰ ਦੀ ਯੋਗਤਾ ਦੇ ਆਧਾਰ ਤੇ ਕੌਣ ਫੈਸਲਾ ਕਰਦਾ ਹੈ ਤਾਂ ਰਾਸ਼ਟਰਪਤੀ ਹੀ ਫੈਸਲਾ ਲੈਂਦਾ ਹੈ ਵੀ ਕੁਐਸਚਨ ਨੰਬਰ 39 ਦੀ ਗੱਲ ਕਰੀਏ ਇੰਡੀਆ ਦੇ ਇਕੀਕ੍ਰਿਤ ਫੰਡ ਤੋਂ ਪੈਸੇ ਦਾ ਮੁੱਦਾ ਕਿਸ ਦਾ ਕੰਟਰੋਲ ਹੁੰਦਾ ਮਤਲਬ ਪੈਸੇ ਦੇ ਮੁੱਦੇ ਤੇ ਕਿਸ ਦਾ ਕੰਟਰੋਲ ਹੁੰਦਾ ਇਹ ਸਸਦਨ ਦਾ ਹੀ ਯਾਨੀ ਪਾਰਲੀਮੈਂਟ ਦਾ ਹੀ ਕੰਟਰੋਲ ਹੁੰਦਾ ਕੁਐਸਚਨ ਨੰਬਰ 40 ਦੀ ਗੱਲ ਕਰੀਏ ਰਾਜ ਸਭਾ ਵਿੱਚ ਵਰਤਮਾਨ ਵਿੱਚ ਕਿੰਨੇ ਸਦਸ ਸੈ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਦਸ ਸੇ ਨੇ ਮਤਲਬ ਕਿ ਵਰਤਮਾਨ ਵਿੱਚ ਨੇ ਰਾਜ ਸਭਾ ਵਿੱਚ ਕਿਹੜੇ ਯੂਨੀਅਨ ਟੈਰਿਟਰੀ ਦੇ ਸਦਸ ਇਨਕਲੂਡ ਨੇ ਤਾਂ ਟੋਟਲ 4 ਸਦਸ ਇਨਕਲੂਡ ਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਵੈਸਚਨ ਨੰਬਰ 41 ਦੀ ਗੱਲ ਕਰੀਏ ਰਾਜ ਸਭਾ ਦਾ ਪਹਿਲਾ ਸਭਾਪਤੀ ਕੌਣ ਸੀ ਤਾਂ ਸਰਪੱਲੀ ਰਾਧਾ ਕ੍ਰਿਸ਼ਨ ਸਨ ਜੋ ਰਾਜ ਸਭਾ ਦੇ ਪਹਿਲੇ ਸਭਾਪਤੀ ਨਿਯੁਕਤ ਕੀਤੇ ਗਏ ਸੀ ਕਵੈਸਚਨ ਨੰਬਰ 42 ਦੀ ਗੱਲ ਕਰੀਏ ਰਾਜ ਸਭਾ ਦੇ ਪਹਿਲੇ ਉਪ ਸਭਾਪਤੀ ਕੌਣ ਸੀ ਤਾਂ ਐਸ ਵੀ ਕ੍ਰਿਸ਼ਨ ਮੂਰਤੀ ਸੀ ਸਨ ਜੋ ਉਪ ਸਭਾਪਤੀ ਸੀ ਪਹਿਲੇ ਠੀਕ ਹੈ ਰਾਜ ਸਭਾ ਦੇ ਯਾਦ ਰੱਖਿਓ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲੇ ਕੁਐਸਚਨਸ ਵੀ ਕਵੈਸਚਨ ਨੰਬਰ 43 ਦੀ ਗੱਲ ਕਰੀਏ ਵਰਤਮਾਨ ਵਿੱਚ ਰਾਜ ਸਭਾ ਦੇ ਸਭਾਪਤੀ ਕੌਣ ਨੇ ਕਾਮ ਵਰਤਮਾਨ ਰਾਜ ਸਭਾ ਦਾ ਚੇਅਰਮੈਨ ਦੀ ਗੱਲ ਕਰੀ ਤੇ ਵਿੰਕਿਆ ਨਾਡੂ ਨਹੀਂ ਹੈ ਇੱਥੇ ਤੁਸੀਂ ਇਸ ਨੂੰ ਕੱਟ ਕਰ ਦਿਓ ਕਿਉਂਕਿ ਇਹ ਚੇਂਜ ਹੋ ਚੁੱਕਾ ਹੈ ਤਾਂ ਹੁਣ ਜਿਹੜਾ ਵਰਤਮਾਨ ਵਿੱਚ ਜਿਹੜਾ ਸਭਾ ਚੇਅਰਮੈਨ ਬਣ ਹੈ ਰਾਜ ਸਭਾ ਦਾ ਉਸ ਦਾ ਨਾਮ ਹੈ ਜਗਦੀਪ ਧਨਕਰ ਯਾਦ ਰੱਖਿਓ ਜੇ ਡੀ ਜੇ ਡੀ ਤੋਂ ਯਾਦ ਰੱਖ ਲਿਓ ਤੁਸੀਂ ਠੀਕ ਹੈ ਜਗਦੀਪ ਧਨਕਰ ਹੈ ਜੋ ਕਿ ਵਾਈਸ ਪ੍ਰੈਜ਼ੀਡੈਂਟ ਵੀ ਆਪਣੇ ਇੰਡੀਆ ਦਾ ਠੀਕ ਹੈ ਯਾਦ ਰੱਖਿਓ ਤੇ ਇਸ ਤਰ੍ਹਾਂ ਉਹ ਕੁਐਸਚਨ ਨੰਬਰ 44 ਦੀ ਗੱਲ ਕਰੀਏ ਸਸਦਨ ਵਿੱਚ ਲੋਕ ਲੋਕ ਸੇਵਾ ਕਮਿਸ਼ਨ ਕਮੇਟੀ ਦੇ ਕਿੰਨੇ ਸਦਸਦ ਹੁੰਦੇ ਨੇ ਟੋਟਲ 22 ਸਦਸ ਹ ਇਨਕਲੂਡ ਹੁੰਦੇ ਨੇ ਲੋਕ ਸੇਵਾ ਕਮਿਸ਼ਨ ਕਮੇਟੀ ਦੇ ਓਕੇ ਕੁਐਸਚਨ ਨੰਬਰ 45 ਦੀ ਗੱਲ ਕਰੀਏ ਸਸਦਨ ਵਿੱਚ ਲੋਕ ਸੇਵਾ ਕਮਿਸ਼ਨ ਕਮੇਟੀ ਵਿੱਚ ਲੋਕ ਸਭਾ ਦੇ ਕਿੰਨੇ ਸਦਸ ਹ ਹੁੰਦੇ ਨੇ ਤੇ ਲੋਕ ਸਭਾ ਦੇ 15 ਸਦਸ ਹ ਹੁੰਦੇ ਨੇ ਮਤਲਬ ਕਿ ਸੇਵਾ ਕਮਿਸ਼ਨ ਕਮੇਟੀ ਦੇ ਅੰਦਰ ਦੀ ਗੱਲ ਹੋ ਰਹੀ ਹੈ ਇਹ ਕਿੰਨੇ ਲੋਕ ਸਭਾ ਦੇ ਸਦਸ ਹ ਨੇ ਤਾਂ 15 ਸਦਸ ਹ ਹੁੰਦੇ ਨੇ ਕਵੈਸਚਨ ਨੰਬਰ 46 ਦੀ ਗੱਲ ਕਰੀਏ ਸਸਦਨ ਦੇ ਵਿੱਚ ਲੋਕ ਸਭਾ ਕਮਿਸ਼ਨ ਕਮੇਟੀ ਵਿੱਚ ਰਾਜ ਸਭਾ ਦੇ ਕਿੰਨੇ ਸਦਸਦ ਹੁੰਦੇ ਨੇ ਉੱਪਰ ਲੋਕ ਸਭਾ ਦੇ ਸਦਸਦ ਪੁੱਛੇ ਨੇ ਇੱਥੇ ਰਾਜ ਸਭਾ ਦੇ ਸਦਸਦ ਪੁੱਛੇ ਨੇ ਟੋਟਲ 7 ਸਦਸਦ ਐ ਇਨਕਲੂਡ ਹੁੰਦੇ ਨੇ ਕਵੈਸਚਨ ਨੰਬਰ 47 ਦੀ ਗੱਲ ਕਰੀਏ ਸਸਦਨ ਦੇ ਵਿੱਚ ਲੋਕ ਸੇਵਾ ਕਮਿਸ਼ਨ ਕਮੇਟੀ ਦਾ ਅਧਿਐਕਸ਼ ਕੌਣ ਹੁੰਦਾ ਹੈ ਵਿਰੋਧੀ ਧਿਰ ਦਾ ਨੇਤਾ ਨੇਤਾ ਹੁੰਦਾ ਜਿਹੜਾ ਉਹ ਲੋਕ ਸਭਾ ਕਮਿਸ਼ਨ ਕਮੇਟੀ ਦਾ ਅਧਿਐਕਸ਼ ਹੁੰਦਾ ਓਕੇ ਕਵੈਸਚਨ ਨੰਬਰ 48 ਦੀ ਗੱਲ ਕਰੀਏ ਸਸੰਦ ਵਿੱਚ ਲੋਕ ਸੇਵਾ ਕਮਿਸ਼ਨ ਕਮੇਟੀ ਦਾ ਅਧਿਐਕਸ਼ ਵਿਰੋਧੀ ਧਿਰ ਦਾ ਨੇਤਾ ਹੁੰਦਾ ਹੈ ਇਸ ਨੂੰ ਨਿਯੁਕਤ ਕੌਣ ਕਰਦਾ ਹੈ ਤਾਂ ਲੋਕ ਸਭਾ ਅਧਿਐਕਸ਼ ਹੁੰਦਾ ਜਿਹੜਾ ਉਹ ਇਸ ਨੂੰ ਵਿਰੋਧੀ ਧਿਰ ਦਾ ਨੇਤਾ ਨੂੰ ਜਿਹੜਾ ਹੈ ਕਿ ਸੇਵਾ ਕਮਿਸ਼ਨ ਕਮੇਟੀ ਦਾ ਅਧਿਐਕਸ਼ ਨਿਯੁਕਤ ਕਰਦਾ ਓਕੇ ਕੁਐਸਚਨ ਨੰਬਰ 49 ਦੀ ਗੱਲ ਕਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਐਗਜ਼ਾਮ ਵਿੱਚ ਰਿਪੀਟ ਹੁੰਦਾ ਇਸ ਤਰ੍ਹਾਂ ਦੇ ਕੁਐਸਚਨ ਮੰਤਰਾਲੇ ਦੇਸੀ ਏਜੀ ਦੀ ਰਿਪੋਰਟ ਯਾਨੀ ਕੈਗ ਦੀ ਰਿਪੋਰਟ ਉੱਪਰ ਵਿਚਾਰ ਬਟਾਉਣ ਦੇ ਸਸੰਦ ਦੀ ਕਿਹੜੀ ਕਮੇਟੀ ਕਰਦੀ ਹੈ ਤਾਂ ਲੋਕ ਸਭਾ ਕਮੇਟੀ ਹੀ ਜਿਹੜੀ ਇਹ ਕੁਰੀ ਰਿਪੋਰਟ ਉੱਪਰ ਵਿਚਾਰ ਵਟਾਂਦਰਾ ਕਰਦੀ ਹੈ ਓਕੇ ਕੁਐਸਚਨ ਨੰਬਰ 50 ਦੀ ਗੱਲ ਕਰੀਏ ਭਾਰਤ ਦੇ ਕਿਸ ਪ੍ਰਧਾਨ ਮੰਤਰੀ ਨੇ ਸਸੰਦ ਦੇ ਸੈਸ਼ਨ ਵਿੱਚ ਹਿੱਸਾ ਨਹੀਂ ਲਿਆ ਸੀ ਤਾਂ ਕਿਹੜੇ ਪ੍ਰਧਾਨ ਮੰਤਰੀ ਨੇ ਸਸੰਦ ਦੇ ਸੈਸ਼ਨ ਵਿੱਚ ਹਿੱਸਾ ਨਹੀਂ ਲਿਆ ਸੀ ਤੇ ਚੌਧਰੀ ਚਰਨ ਸਿੰਘ ਸੀ ਇਹਨਾਂ ਨੇ ਕਿਸੇ ਵੀ ਸਸੰਦ ਦੇ ਕਿਸੇ ਵੀ ਮੀਟਿੰਗ ਜਾਂ ਸੈਸ਼ਨ ਵਿੱਚ ਕਦੇ ਹਿੱਸਾ ਨਹੀਂ ਲਿਆ ਸੀ ਅਕਾ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਜਸਟ 50 ਕੁਐਸਚਨ ਕਵਰ ਕਰਾਂਗੇ ਬਾਕੀ ਦੇ ਕੁਐਸਚਨ ਆਪਾਂ ਨੈਕਸਟ ਵੀਡੀਓ ਵਿੱਚ ਕਵਰ ਕਰ ਲਾਂਗੇ ਉਦੋਂ ਤੱਕ ਜੇ ਤੁਹਾਨੂੰ ਇਹ ਕੁਐਸਚਨਸ ਐਂਡ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ